ਸਾਰੇ ਭੈਣ ਭਾਈਆਂ ਨੂੰ ਅਸਲਾਮ ਅਲੈਕੁਮ। ਮੈਂ ਜੀ ਰਾਓ ਅਬਦੁਲ ਕਯੂਮ ਗੱਲ ਕਰ ਰਿਹਾ, ਅਤੇ ਮੈਂ ਖਸੂਸਨ ਆਦਲ ਮੁਗਲ ਸਾਹਿਬ ਨੂੰ ਗੱਲ ਕਰਨਾ ਚਾਹਾਂਗਾ ਕਿ ਆਦਲ ਮੁਗਲ ਸਾਹਿਬ, ਤੁਸੀਂ ਤਕਰੀਬਨ 20 ਮਿੰਟ ਲਾ ਤੇ ਆਪਣਾ ਇੱਕ ਤਾਂ ਮਾਜ਼ਰਤ ਕਰਨ 'ਚ ਅਤੇ ਦੂਸਰਾ ਪਲੈਨ ਨਾ ਦੱਸਣ 'ਚ, ਅਤੇ ਪਲੱਸ ਇਹ ਦੱਸਣ 'ਚ ਕਿ ਸਾਡੇ ਪਲੈਨ 'ਚ ਇਹ ਵੀ ਨਹੀਂ ਹੋਏਗਾ, ਇਹ ਵੀ ਨਹੀਂ ਹੋਏਗਾ, ਇਹ ਵੀ ਨਹੀਂ ਹੋਏਗਾ। ਕਿਹਾ ਹੀ ਅੱਛਾ ਹੁੰਦਾ ਕਿ ਤੁਸੀਂ ਇਹ ਵੀ ਦੱਸ ਦਿੰਦੇ ਕਿ ਹਾਂਜੀ ਸਾਡੇ ਪਲੈਨ ਦੇ ਵਿੱਚ ਇਹ ਵੀ ਹੈ, ਇਹ ਵੀ ਹੈ ਅਤੇ ਇਹ ਵੀ ਹੈ। ਅਤੇ ਸਰ, ਮੈਂ ਇਹ ਸਮਝਦਾ ਕਿ ਤੁਹਾਨੂੰ ਪਲੈਨ ਸ਼ੇਅਰ ਕਰਨਾ ਚਾਹੀਦਾ ਸੀ ਅਤੇ ਹੁਣ ਵੀ ਤੁਹਾਡਾ ਪਲੈਨ ਸ਼ੇਅਰ ਕਰਨਾ ਬਣਦਾ। ਵਜ੍ਹਾ ਕਿ ਸਰ ਤੁਸੀਂ ਖੁਦ ਹੀ ਦੱਸ ਰਹੇ ਹੋ ਕਿ ਜੀ ਸਾਡਾ ਪਲੈਨ ਇਤਨਾ ਅੱਛਾ ਨਹੀਂ, ਕੋਈ ਲੋਕ ਕਬੂਲ ਕਰਨਗੇ, ਕੋਈ ਨਹੀਂ ਕਰਨਗੇ, ਤੇ ਤੁਹਾਨੂੰ ਉਸਦਾ ਕਬੂਲ ਨਾ ਹੋਣ ਦੇ ਡਰ ਦੀ ਵਜ੍ਹਾ ਤੋਂ ਮੇਰਾ ਖਿਆਲ ਹੈ ਤੁਸੀਂ ਸ਼ੇਅਰ ਨਹੀਂ ਕਰ ਰਹੇ ਹੋ ਗਰੁੱਪਾਂ 'ਚ, ਇੱਕ ਚੀਜ਼। ਦੂਸਰੀ ਚੀਜ਼ ਹੈ ਕਿ ਪਲੈਨ ਚਾਹੇ ਅੱਛਾ ਹੈ ਚਾਹੇ ਮਾੜਾ ਹੈ, ਜਿਸ ਤਰ੍ਹਾਂ ਵੀ ਹੈ, ਲੇਕਿਨ ਤੁਹਾਨੂੰ ਉਹ ਸ਼ੇਅਰ ਕਰਨਾ ਚਾਹੀਦਾ ਵੀ ਕੋਈ ਕਰੇ ਜਾਂ ਨਾ ਕਰੇ। ਲੇਕਿਨ ਤੁਸੀਂ ਇਹ ਪਲੈਨ ਨਾ ਦੱਸ ਕੇ ਕਿ ਜੀ ਹਰ ਬੰਦਾ ਸਾਡੇ ਕੋਲ ਆਏ ਅਤੇ ਤੁਸੀਂ ਹਰ ਬੰਦੇ ਦਾ ਚੱਕਰ ਲਵਾਉਣਾ ਅਤੇ ਆਪਣੇ ਕੋਲ 100% ਕਨਫਰਮ ਕਰਤਾ ਕਿ ਜੇ MNM ਦੇ ਲੋਕ ਨੇ, ਮੁਤਾਸਰੀਨ ਨੇ, ਉਹ ਹਰ ਬੰਦਾ ਆਏ ਤੇ ਸਹੀ ਕਿ ਹਾਂਜੀ ਪਲੈਨ ਕੀ ਹੈ, ਜਦਕਿ ਤੁਸੀਂ ਖੁਦ ਹੀ ਕਹਿੰਦੇ ਹੋ ਕਿ ਕੋਈ ਕਰੇ ਜਾਂ ਨਾ ਕਰੇ। ਤੇ ਤੁਸੀਂ ਪਲੈਨ ਗਰੁੱਪਾਂ 'ਚ ਸ਼ੇਅਰ ਕਰ ਦਿਓ, ਗਰੁੱਪਾਂ 'ਚ ਸ਼ੇਅਰ ਕਰੋ ਪਲੈਨ, ਚਾਹੇ ਕੋਈ ਕਰੇ ਚਾਹੇ ਨਾ ਕਰੇ। ਹਾਂ, ਅਗਰ ਕਿਸੇ ਨੇ ਕਰਨਾ ਹੋਇਆ ਤੇ ਉਹ ਮਜ਼ੀਦ ਕਲੈਰਿਟੀ ਚਾਹੇਗਾ ਤੇ ਤੁਹਾਡੇ ਤੱਕ ਆ ਜਾਏਗਾ। ਜਿਹਨੇ ਨਹੀਂ ਕਰਨਾ ਹੋਇਆ ਉਹ ਚਲੋ ਉਹਨੂੰ ਪਲੈਨ ਸੁਣ ਕੇ ਸਮਝ ਆ ਜਾਏਗੀ। ਜ਼ਰੂਰੀ ਨਹੀਂ ਕਿ ਹਰ ਬੰਦੇ ਵਾਸਤੇ ਇਤਨਾ ਹੀ ਆਸਾਨ ਹੋਵੇ ਤੁਹਾਡੇ ਤੱਕ ਆਉਣਾ, ਯਾਨੀ ਕਿ ਅਮਾਰ ਸਿੱਧੂ ਸਾਹਿਬ ਤੱਕ ਤੁਹਾਡੇ ਤੱਕ ਆਉਣਾ ਇਤਨਾ, ਯਾਨੀ ਕਿ ਬੰਦੇ ਵਾਸਤੇ ਕੋਈ ਟਾਈਮ ਦੇ ਹਿਸਾਬ ਨਾਲ, ਪੈਸੇ ਦੇ ਹਿਸਾਬ ਨਾਲ ਹੋ ਸਕਦਾ, ਬਹੁਤ ਸਾਰੀ ਬੰਦੇ ਦੀ ਮਜਬੂਰੀਆਂ ਹੋ ਸਕਦੀਆਂ ਨੇ। ਲੇਕਿਨ ਤੁਸੀਂ ਪਲੈਨ ਨਾ ਦੱਸ ਕੇ ਹਰ ਬੰਦੇ ਨੂੰ ਮਜਬੂਰ ਕਰਤਾ ਕਿ ਹਰ ਬੰਦਾ ਤੁਹਾਡੇ ਤੱਕ ਆਏ। ਤੇ ਸਰ ਮੇਰੀ ਇਹ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਪਲੈਨ ਜ਼ਰੂਰ ਸ਼ੇਅਰ ਕਰੋ। ਉਹ ਅੱਛਾ ਹੈ ਮਾੜਾ ਹੈ, ਜ਼ਿਆਦਾ ਫਾਇਦਾ ਹੈ ਘੱਟ ਫਾਇਦਾ ਹੈ, ਪ੍ਰਾਤਾਂ ਤੋਂ ਪਲੇਟਾਂ 'ਚ ਆਉਣਾ, ਕੋਈ ਮਸਲਾ ਨਹੀਂ, ਯਾਨੀ ਕਿ ਬੰਦੇ ਆਉਣ ਵਾਸਤੇ ਐਗਰੀ ਨੇ, ਲੇਕਿਨ ਕਮ ਅਜ਼ ਕਮ ਤੁਸੀਂ ਪਲੈਨ ਸ਼ੇਅਰ ਕਰੋ। ਅਗਰ ਤੁਸੀਂ ਹੀ ਆਪਣੇ ਪਲੈਨ ਤੋਂ ਖੌਫ ਜ਼ਦਾ ਹੋ ਤੇ ਫਿਰ ਸਰ ਕਿੰਨੇ ਕਰਨਾ? ਤੇ ਇਸ ਵਾਸਤੇ ਯਾਨੀ ਕਿ ਤੁਸੀਂ ਜਿਹੜੇ 15-20 ਮਿੰਟ ਪਲੈਨ ਨਾ ਦੱਸਣ ਤੇ ਲਾਏ ਨੇ, ਤੇ ਤੁਸੀਂ ਕਾਇੰਡਲੀ 5 ਮਿੰਟ ਪਲੈਨ ਦੱਸਣ ਤੇ ਲਾ ਲੈਂਦੇ ਤੇ ਮੇਰੇ ਖਿਆਲ ਇਹ ਜ਼ਿਆਦਾ ਬਿਹਤਰ ਸੀ, ਤੇ ਤੁਹਾਨੂੰ ਯਾਨੀ ਕਿ ਇਹ ਚੀਜ਼ ਸ਼ੇਅਰ ਕਰਨੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਤਾਂ ਤੁਸੀਂ ਹਰ ਉਹੀ ਗੱਲ ਹੈ ਕਿ ਹਰ ਬੰਦੇ ਨੂੰ ਸਰ ਤੁਸੀਂ ਆਪਣੇ ਕੋਲ, ਯਾਨੀ ਕਿ ਤੁਸੀਂ ਕਹਿੰਦੇ ਹੋ ਕਿ ਜਿੰਨੇ, ਫਿਰ ਇੱਕ ਹੋਰ ਚੀਜ਼ ਮੈਂ ਵੀ ਤੁਹਾਨੂੰ ਮਾਜ਼ਰਤ ਕਰਾਂਗਾ ਸਰ ਕਿ ਇਸ ਚੀਜ਼ ਦਾ, ਮੇਰੀ ਇਸ ਗੱਲ ਦਾ ਇਹ ਜਵਾਬ ਪਲੀਜ਼ ਨਾ ਦੇ ਜੇ ਕਿ ਤੁਸੀਂ ਕਹੋ ਕਿ ਜਿਹਨੇ ਕਰਨਾ ਹੈ ਉਹ ਸਾਡੇ ਤੱਕ ਆ ਜਾਏ, ਜਿਹਨੇ ਨਹੀਂ ਕਰਨਾ ਉਹ ਨਾ ਆਵੇ। ਇਸ ਦਾ ਜਵਾਬ ਇਹ ਨਹੀਂ ਬਣਦਾ ਸਰ। ਤੇ ਇਸ ਵਜ੍ਹਾ ਤੋਂ ਜਾਂ ਤਾਂ ਇਹਨੂੰ ਪਲੀਜ਼ ਕਲੀਅਰ ਕਰੋ ਕਿ ਜੀ ਇਸ ਦੇ ਵਿੱਚ ਕੀ ਅਮਰ ਮਾਨੇ ਹੈ ਕਿ ਤੁਸੀਂ ਨਹੀਂ ਦੱਸਿਆ, ਤੇ ਜਾਂ ਮੇਰੀ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਪਲੈਨ ਵੀ ਸ਼ੇਅਰ ਕਰੋ ਕਿ ਜੀ ਜੋ ਵੀ ਘਾਟਾ ਵਾਧਾ ਕੋਈ ਮਸਲਾ ਨਹੀਂ, ਕਿ ਜਿੱਥੇ ਪਹਿਲੇ ਹਰ ਚੀਜ਼ ਗਰੁੱਪ 'ਚ ਸ਼ੇਅਰ ਹੁੰਦੀ ਰਹੀ ਹੈ, ਛੋਟੀ ਤੋਂ ਛੋਟੀ ਬੜੀ ਤੋਂ ਬੜੀ ਹਰ ਬੰਦਾ ਸ਼ੇਅਰ ਕਰ, ਤੁਸੀਂ ਖੁਦ ਕਰਦੇ ਰਹੇ ਹੋ, ਮੈਂ ਕਰਦਾ ਰਿਹਾ, ਹਰ ਬੰਦਾ ਯਾਨੀ ਕਿ ਆਪਣੀ ਆਪਣੀ ਕਪੈਸਿਟੀ ਦੇ ਮੁਤਾਬਿਕ ਗਰੁੱਪਾਂ 'ਚ ਹਰ ਚੀਜ਼ ਸ਼ੇਅਰ ਕਰਦਾ ਰਿਹਾ। ਤੇ ਹੁਣ ਇਸ ਤਰ੍ਹਾਂ ਇਹ ਕਿਹੜੀ ਐਸੀ ਚੀਜ਼ ਹੈ ਕਿ ਜਿਹੜਾ ਇਹ ਕਿਹੜਾ ਸੱਪ ਹੈ ਜਿਹੜਾ ਪਟਾਰੀ 'ਚੋਂ ਨਿਕਲ ਹੀ ਨਹੀਂ ਰਿਹਾ? ਤੇ ਇਹ ਸਰ ਤੁਹਾਨੂੰ ਕਾਇੰਡਲੀ ਇਹ ਪਲੈਨ ਸ਼ੇਅਰ ਕਰਨਾ ਚਾਹੀਦਾ, ਵਟਸਐਪ ਗਰੁੱਪ 'ਚ ਹੀ ਕਰਨਾ ਚਾਹੀਦਾ, ਕਿਉਂਕਿ ਇੱਥੇ ਤੱਕ ਅਸੀਂ ਪਹੁੰਚੇ ਹਾਂ, ਤੁਸੀਂ ਪਹੁੰਚੇ ਹੋ, ਜਿਹੜਾ ਯਾਨੀ ਕਿ ਜਿਤਨੀ ਅਵੇਅਰਨੈਸ ਫੈਲੀ ਹੈ ਉਹ ਸਾਰੀ ਵਟਸਐਪ ਗਰੁੱਪ ਤੋਂ ਹੀ ਫੈਲੀ ਹੈ। ਹੁਣ ਤੁਸੀਂ ਵਟਸਐਪ ਗਰੁੱਪ ਤੋਂ ਇਤਨੇ ਅਨਾਈਡ ਹੋ ਗਏ ਹੋ ਕਿ ਪਹਿਲੀ ਗੱਲ ਤਾਂ ਤੁਸੀਂ ਆਉਂਦੇ ਨਹੀਂ ਹੋ, ਅਗਰ ਆਏ ਹੋ ਤਾਂ ਤੁਸੀਂ ਸਿਰਫ ਇਹ ਹੀ ਦੱਸਣ ਆਏ ਹੋ ਕਿ ਜੀ ਮੈਂ ਅਗਲੀ ਗੱਲ ਦੱਸਣੀ ਕੋਈ ਨਹੀਂ, ਜਿਹਨੇ ਆਉਣਾ ਮੇਰੇ ਕੋਲ ਆ ਜੇ। ਤੇ ਸਰ ਕਾਇੰਡਲੀ ਹੈ ਇਹਨਾਂ ਗੱਲਾਂ ਤੇ ਜ਼ਰਾ ਗੌਰ ਕਰੋ, ਤੇ ਗੱਲ ਹੈ ਸਾਰੀ ਗੱਲਾਂ ਵਿੱਚੋਂ ਇੱਕ ਹੀ ਗੱਲ ਬਣਦੀ ਹੈ ਕਿ ਤੁਸੀਂ ਪਲੀਜ਼ ਪਲੈਨ ਸ਼ੇਅਰ ਕਰੋ ਤਾਂ ਕਿ ਜਿਹਨੇ ਕਰਨਾ ਹੈ ਉਹ ਤੁਹਾਡੇ ਤੱਕ ਆ ਜੇ, ਜਿਹਨੇ ਨਹੀਂ ਕਰਨਾ ਉਹ ਚਲੋ ਸੁਣ ਕੇ ਜਿਸ ਤਰ੍ਹਾਂ ਪਹਿਲੇ ਆਪਣੇ ਘਰ ਬੈਠਾ ਵਿਚਾਰਾ ਬੈਠਾ ਰਹੇ, ਉਹ ਮਜ਼ੀਦ ਆਪਣਾ ਟਾਈਮ ਜਾਂ ਪੈਸਾ ਤੇ ਉਹ ਨਾ ਕਰੇ। ਇਹ ਕਾਇੰਡਲੀ ਸਰ ਇਹ ਰਿਕੁਐਸਟ ਹੈ, ਤੇ ਇਸ ਤੇ ਪਲੀਜ਼ ਮੈਨੂੰ ਉਮੀਦ ਹੈ ਕਿ ਤੁਸੀਂ ਯਾਨੀ ਕਿ ਇਸ ਨੂੰ ਇਸ ਤੇ ਗੌਰ ਕਰੋਗੇ ਤੇ ਸ਼ਾਇਦ ਤੁਸੀਂ ਇਸ ਤੇ ਅਮਲ ਵੀ ਕਰ ਲਓ ਸਰ। ਥੈਂਕ ਯੂ।